ਸਾਰੇ ਵੀਰ ਭੈਣ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ ਖਾਸ ਤੌਰ ਤੇ ਇੱਕ ਗੱਲ ਜਿਹੜੀ ਹੈ ਉਹ ਅੱਜ ਸਾਹਮਣੇ ਆ ਰਹੀ ਹੈ ਕਿ ਮੋੜ ਸਿੱਧੂ ਮੂਸੇਵਾਲਾ ਉਸੇ ਘਰ ਦੇ ਵਿੱਚ ਜਨਮ ਲੈ ਸਕਦਾ ਤੇ ਇੱਕ ਇਹ ਗੱਲ ਜ਼ਰੂਰ ਮੰਨਣੀ ਪਏਗੀ ਇੱਕ ਇਹ ਗੱਲ ਜ਼ਰੂਰ ਮਾਪੇ ਮੰਨਣਗੇ ਤੇ ਜਾਂ ਫਿਰ ਨਾ ਇਹ ਤੇ ਬਾਅਦ ਦੀ ਗੱਲ ਹੈ ਪਰ ਫਿਲਹਾਲ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹਵਾਂਗਾ ਪਿਆਰਿਓ ਸਭ ਤੋਂ ਪਹਿਲੇ ਫਤਿਹ ਬਲਾਉ ਆਪਾਂ ਆਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਇੱਕ ਗੱਲ ਜ਼ਰੂਰ ਮੇਰੀ ਸਮਝ ਲਿਓ ਇੱਕ ਗੱਲ ਜ਼ਰੂਰ ਮੇਰੀ ਪੱਲੇ ਬੰਨ ਲਿਓ ਕਿਉਂਕਿ ਅੱਜ ਇੱਕ ਮੁੰਡਾ ਮਾਰਿਆ ਗਿਆ ਤੇ ਕੱਲ ਨੂੰ ਨੌਜਵਾਨੀ ਦਾ ਘਾਣ ਕੁਝ ਹੋਰ ਵੀ ਹੋ ਸਕਦਾ ਸੋ ਪਹਿਲਾਂ ਸਮੇਂ ਦੇ ਜਿਵੇਂ ਹਾਲਾਤ ਰਹੇ ਨੇ ਇੱਕ ਉਸ ਦਾ ਗਾਣਾ ਆਇਆ ਸੀ ਨਾ ਮੁੰਡੇ ਦਾ SYL O ਦੇ ਵਿੱਚ ਕੁਝ ਲੋਕਾਂ ਦੀ ਗੱਲ ਕੀਤੀ ਗਈ ਹੈ ਜਿਵੇਂ ਕਿ ਬਲਵਿੰਦਰ ਸਿੰਘ ਜਟਾਣੇ ਦੀ ਗੱਲ ਕੀਤੀ ਗਈ ਹੈ ਬਲਵਿੰਦਰ ਸਿੰਘ ਜਟਾਣੇ ਦੀ ਗੱਲ ਕੀਤੀ ਗਈ ਬੰਦੀ ਸਿੰਘਾਂ ਦੀ ਗੱਲ ਕੀਤੀ ਗਈ ਉਸ ਗਾਣੇ ਦੇ ਵਿੱਚ ਤੇ ਜਿਵੇਂ ਬਲਵਿੰਦਰ ਜਟਾਣੇ ਦਾ ਜ਼ਿਕਰ ਹੋਇਆ ਜੀਨੇ ਐਸਵਾਈਐਲ ਨਹਿਰ ਦਾ ਕੰਮ ਰੋਕ ਦਿੱਤਾ ਸੀ ਉਸ ਬੰਦੇ ਕਰਕੇ ਅੱਜ ਸਾਡਾ ਪਾਣੀ ਸਾਡੇ ਕੋਲ ਹੈ ਜੇ ਕਿਤੇ ਉਹ ਬੰਦਾ ਕੁਰਬਾਨੀ ਨਾ ਕਰਦਾ ਤੇ ਅੱਜ ਸਾਡਾ ਪਾਣੀ ਵੀ ਸਾਡੇ ਤੋਂ ਖੋਇਆ ਜਾਣਾ ਸੀ ਸਾਡਾ ਪਾਣੀ ਵੀ ਸਾਡੇ ਕੋਲ ਨਾ ਹੁੰਦਾ ਅੱਜ ਤੇ ਉਸ ਬੰਦੇ ਨੇ ਐਸਵਾਈਐਲ ਨਹਿਰ ਦਾ ਕੰਮ ਰੋਕ ਦਿੱਤਾ ਸੀ ਰੁਕਵਾ ਦਿੱਤਾ ਤੱਕੇ ਨਾਲ ਤੇ ਉਸ ਬੰਦੇ ਨੂੰ ਸਰਚ ਕੀਤਾ ਜਾਣ ਲੱਗ ਪਿਆ ਅੱਜ ਤੇ ਬਲਵਿੰਦਰ ਜਟਾਣੇ ਦੇ ਪਰਿਵਾਰ ਦੇ ਨਾਲ ਕੀ ਬੀਤੀ ਸੀ ਸੁਮੇਧ ਸੈਣੀ ਨੇ ਗੁਰਮੀਤ ਪਿੰਕੀ ਨੂੰ ਹੁਕਮ ਦਿੱਤਾ ਤੇ ਉਹਨੇ ਅਜੀਤ ਪੂਲੇ ਨੂੰ ਇਹਦੇ ਵਿੱਚ ਇਨਵੋਲਵ ਕੀਤਾ ਤੇ ਬਲਵਿੰਦਰ ਜਟਾਣਾ ਚਮਕੌਰ ਸਾਹਿਬ ਦੇ ਲਾਗੇ ਜਿਹੜਾ ਪਿੰਡ ਪੈਂਦਾ ਜਟਾਣੇ ਦਾ ਉਥੇ ਉਦੇ ਘਰੇ ਜਾ ਕੇ ਉਹਦੇ ਪਰਿਵਾਰ ਨੂੰ ਖਤਮ ਕਰ ਦਿੱਤਾ ਗੋਲੀਆਂ ਮਾਰ ਕੇ ਉਹਦੇ ਘਰ ਦੇ ਵਿੱਚ ਹੀ ਉਹਨਾਂ ਦੀ ਅਧ ਮੁਈਆਂ ਲਾਸ਼ਾਂ ਨੂੰ ਸਾੜ ਦਿੱਤਾ ਸੀ ਤੇ ਬਾਅਦ ਵਿੱਚ ਇੱਕ ਨਾਮ ਹੋਰ ਸਾਹਮਣੇ ਆਉਂਦਾ ਇਹਦੇ ਵਿੱਚ ਜਿਹੜਾ ਲਾਲੀ ਖੰਟ ਵਾਲਾ ਪਤਲੇ ਜਿਹੇ ਸਰੀਰ ਦਾ ਮੁੰਡਾ ਤੇ ਇਰਾਦੇ ਬੜੇ ਮਜ਼ਬੂਤ ਉਸ ਮੁੰਡੇ ਨੇ ਅਹਿਮ ਰੋਲ ਨਿਭਾਇਆ ਇਸ ਆਪਣੇ ਸਾਕੇ ਦੇ ਵਿੱਚ ਤੇ ਉਸ ਬੰਦੇ ਨੇ ਬਲਵਿੰਦਰ ਜਟਾਣੇ ਦੇ ਪਰਿਵਾਰ ਦਾ ਬਦਲਾ ਲਿਆ ਡੀਐਸਪੀ ਦਲੀਪ ਸਿੰਘ ਨੂੰ ਘਰੇ ਜਾ ਕੇ ਠੋਕਿਆ ਤੇ ਸਣੇ ਉਹਦਾ ਪਰਿਵਾਰ ਮਾਰ ਦਿੱਤਾ ਸੀ ਉਸ ਬੰਦੇ ਨੇ ਤੇ ਕਹਿੰਦੇ ਨੇ નિર્ਦੋਸ਼ਾਂ ਦੀ ਜਾਨ ਹਾਲਾਂਕਿ ਉਹਨਾਂ ਨੇ ਵੇਦੋਸ਼ਿਆ ਨੂੰ ਮਾਰਿਆ ਤੇ ਇਧਰ ਦਲੀਪ ਸਿੰਘ ਤੇ ਦਲੀਪ ਸਿੰਘ ਦਾ ਪਰਿਵਾਰ ਜਦੋਂ ਗੋਲੀਆਂ ਚਲਾਈਆਂ ਤੇ ਦਲੀਪ ਸਿੰਘ ਦਾ ਪਰਿਵਾਰ ਮਾਰਿਆ ਗਿਆ ਡੀਐਸਪੀ ਵੀ ਨਾਲ ਮਾਰਿਆ ਗਿਆ ਸੀ ਲਾਲੀ ਖੰਡ ਨੇ ਉਹਦਾ ਬਦਲਾ ਲਿਆ ਸੀ ਤੋ ਖੈਰ ਮੈਂ ਗਲਤਾਂ ਕੀਤੀ ਕਿਉਂਕਿ SBYL ਗਾਣੇ ਦੇ ਵਿੱਚ ਜਿਵੇਂ ਜ਼ਿਕਰ ਆਇਆ ਨਾ ਬਲਵਿੰਦਰ ਸਿੰਘ ਜਟਾਣਾ ਤੇ ਯੂਥ ਨੇ ਉਹਨੂੰ ਸਰਚ ਕਰਨਾ ਸ਼ੁਰੂ ਕਰ ਦਿੱਤਾ 1990 ਦੇ ਉਹ ਸਾਲ ਦੇ ਵਿੱਚ ਬਲਵਿੰਦਰ ਸਿੰਘ ਜਟਾਣਾ ਨੇ ਸਭ ਤੋਂ ਵੱਡੀ ਕੁਰਬਾਨੀ ਕੀਤੀ ਸੀ ਅੱਜ ਯੂਥ ਨੇ ਦੁਬਾਰਾ ਸਰਚ ਕਰਨਾ ਸ਼ੁਰੂ ਕਰ ਦਿੱਤਾ ਉਹ ਕੌਮ ਦੇ ਯੋਧੇ ਨੂੰ ਤੇ ਸਿੱਧੂ ਮੂਸੇਵਾਲੇ ਨੇ ਉਹਨੂੰ ਦੁਬਾਰਾ ਤੋਂ ਸੁਰਜੀਤ ਕਰਤਾ ਦੁਬਾਰਾ ਤੋਂ ਯਾਦ ਕਰਵਾਤਾ ਲੋਕਾਂ ਨੂੰ ਕਿ ਕੋਈ ਬਲਵਿੰਦਰ ਸਿੰਘ ਜਟਾਣਾ ਵੀ ਸੀ ਕੋਈ ਬਲਵਿੰਦਰ ਸਿੰਘ ਵੀ ਸੀ ਜਿਸ ਨੇ ਐਡੀ ਵੱਡੀ ਕੁਰਬਾਨੀ ਕੀਤੀ ਜਿਸ ਨੇ ਇਨਾ ਵੱਡਾ ਸਰਕਾਰ ਨੂੰ ਵਕਤ ਪਾਇਆ ਦਰਸਲ ਉਹ ਬਲਵਿੰਦਰ ਜਟਾਣਾ ਉਹਦਾ ਪਰਿਵਾਰ ਅੱਜ ਹੈ ਉਹਦੀ ਭੈਣ ਦੇ ਨਾਲ ਗੱਲਾਂ ਬਾਤਾਂ ਵੀ ਹੋਈਆਂ ਖੈਰ ਇੱਕ ਗੱਲ ਮੈਂ ਸਾਫ਼ ਕਰ ਦਿਆ ਕਿਉਂਕਿ ਮਾਨਸਾ ਦੇ ਵਿੱਚ ਉਹ ਨੌਜਵਾਨ ਦਾ ਜਨਮ ਹੋਇਆ ਸ਼ੁਭਦੀਪ ਸਿੰਘ ਮਾਨਸਾ ਇਲਾਕਾ ਬੈਕਵਾਰਡ ਕਿਹਾ ਜਾਂਦਾ ਹੈ ਪੰਜਾਬ ਦੇ ਲੋਕ ਮਾਝੇ ਦੁਆਬੇ ਵਾਲੇ ਲੋਕ ਤੇ ਕੁਝ ਸਾਡੇ ਮਾਲਵੇ ਦੇ ਜਿਵੇਂ ਪਟਿਆਲਾ ਏਰੀਆ ਹੋ ਗਿਆ ਰਾਜਪੁਰਾ ਏਰੀਆ ਹੋ ਗਿਆ ਉਹ ਲੋਕ ਮਾਨਸਾ ਤੇ ਬਠਿੰਡੇ ਨੂੰ ਬੈਕਵਰਡ ਆਖਦੇ ਨੇ ਕਿ ਇਹ ਜਾਦਾ ਬੈਕਵਰਡ ਨੇ ਇਹਨਾਂ ਨੂੰ ਥੋੜੀ ਜੀ ਜਿਹੜੀ ਐ ਚੀਜ਼ ਦੀ ਲੇਟ ਸਮਝ ਪੈਂਦੀ ਆ ਜਾਂ ਫਿਰ ਇਹ ਚੀਜ਼ ਇਹਨਾਂ ਤੱਕ ਲੇਟ ਪਹੁੰਚਦੀ ਆ ਇਸ ਕਰਕੇ ਇਹਨਾਂ ਨੂੰ ਬੈਕਵਰਡ ਕਿਹਾ ਜਾਂਦਾ ਪਰ ਉਸ ਬੰਦੇ ਨੇ ਕਿੰਨਾ ਫਾਰਵਰਡ ਕਰਤਾ ਸੀ ਮਾਨਸਾ ਨੂੰ ਮਾਨਸਾ ਬਠਿੰਡਾ ਉਸ ਇਲਾਕੇ ਦਾ ਨਾਮ ਚਮਕਾਇਆ ਸਿਮਰਜੀਤ ਸਿੰਘ ਮਾਨ ਨੇ ਉਥੋਂ ਚੋਣ ਲੜੀ ਉਹਦੀ ਚੋਣ ਦੀ ਹਮੈਤ ਕਰਕੇ ਮਰਨ ਤੋਂ ਪਹਿਲਾਂ ਕਹਿ ਕੇ ਗਿਆ ਸੀ ਕਿ ਚੋਣ ਪ੍ਰਚਾਰ ਕਰੂੰਗਾ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਤੇ ਮੈਂ ਬੇਨਤੀ ਕਰਨੀ ਚਾਹਨਾ ਕਿ ਭੁੱਲਿਓ ਨਾ ਉਸ ਬੰਦੇ ਨੂੰ ਮਾਨਸਾ ਵਾਲਿਓ ਸੰਗਰੂਰ ਵਾਲਿਓ ਉਸ ਬੰਦੇ ਨੂੰ ਭੁੱਲਿਓ ਨਾ ਉਸ ਬੰਦੇ ਨੇ ਕੀ ਕੁਝ ਨਹੀਂ ਕੀਤਾ ਆਪਣੇ ਪਿੰਡ ਲਈ ਨਹੀਂ ਕੀਤਾ ਤੇ ਜਾਫਰ ਕੁਝ ਲੋਕਾਂ ਲਈ ਨਹੀਂ ਕੀਤਾ ਤੇ ਉਸ ਬੰਦੇ ਨੂੰ ਨਜਾਇਜ਼ ਮਾਰਿਆ ਗਿਆ ਹੈ ਤੇ ਅੱਜ ਉਹਦੇ ਗਾਣੇ ਨੂੰ YouTube ਤੋਂ ਬੈਨ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਬਾਕੀ ਕੰਟਰੀਆਂ ਦੇ ਵਿੱਚ ਚੱਲ ਰਿਹਾ ਹੈ ਇਥੋਂ ਪਤਾ ਲੱਗਦਾ ਹੈ ਕਿ ਸਰਕਾਰ ਬੁਖਲਾ ਗਈ ਸਰਕਾਰ ਦਾ ਹੀ ਕਾਂਡ ਹੋ ਸਕਦਾ ਹੈ ਇਸ ਕਤਲ ਦੇ ਪਿੱਛੇ ਹੋ ਸਕਦਾ ਹੈ ਸਰਕਾਰ ਨੇ ਜਾਣ ਬੁੱਝ ਕੇ ਇਹ ਕਤਲ ਕਰਵਾਇਆ ਹੋਵੇ ਸਰਕਾਰ ਦਾ ਹੀ ਇਹ ਕੰਮ ਲੱਗਦਾ ਹੈ ਵੀ ਸਰਕਾਰ ਨੇ ਹੀ ਇਹ ਕਤਲ ਕਰਵਾਇਆ ਜਿੱਥੋਂ ਤੱਕ ਹੋ ਸਕਦਾ ਹੈ ਇਹ ਸਰਕਾਰ ਦਾ ਹੀ ਕਾਰਨਾਮਾ ਹੈ ਪਰ ਫਿਲਹਾਲ ਇੱਕ ਗੱਲ ਇੱਥੇ ਸਾਹਮਣੇ ਹੈ ਕਿਉਂਕਿ ਮੈਂ ਗੱਲ ਕਰਨੀ ਚਾਹਨਾ ਇੱਕ ਖਾਸ ਜਿਹਦੇ ਵਿੱਚ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਇਸ ਗੱਲ ਦੇ ਵਿੱਚ ਇੱਕ ਜਿਹੜੀ ਗੱਲ ਇਹ ਹੈ ਕਿਉਂਕਿ ਉਸ ਘਰ ਦੇ ਵਿੱਚ ਪਰਮਾਤਮਾ ਇੱਕ ਪੁੱਤਰ ਦੀ ਦਾਤ ਦੇ ਦੇ ਤੇ ਉਹਨਾਂ ਪਰਿਵਾਰ ਦਾ ਇੱਕ ਸਹਾਰਾ ਬਣ ਜੇ ਕਿਉਂਕਿ ਉਹ ਪਰਿਵਾਰ ਅੱਜ ਆਪਣਾ ਸਾਰਾ ਕੁਝ ਹੀ ਗਵਾ ਚੁੱਕਿਆ ਹੈ ਮਾਪੇ ਦੇ ਲਈ ਇੱਕ ਔਲਾਦ ਉਹਦਾ ਗਹਿਣਾ ਹੁੰਦੀ ਹੈ ਪਰ ਉਹ ਗਹਿਣਾ ਅੱਜ ਗੁੰਮ ਚੁੱਕਿਆ ਹੈ ਉਹ ਮਾਪੇ ਦਾ ਇਕਲੌਤਾ ਸਹਾਰਾ ਅੱਜ ਉਹਨਾਂ ਤੋਂ ਗੁੰਮ ਚੁੱਕਿਆ ਜਾ ਚੁੱਕਿਆ ਹੈ ਤੇ ਇਦੋਂ ਵੱਡੀ ਕੋਈ ਹੋਰ ਕਾਰਵਾਈ ਨਹੀਂ ਹੋ ਸਕਦੀ ਇਦੋਂ ਵੱਡੀ ਕੋਈ ਹੋਰ ਗੱਲਬਾਤ ਨਹੀਂ ਹੋ ਸਕਦੀ ਅੱਜ ਇੰਨਾ ਵੱਡਾ ਦੁੱਖਾਂ ਦਾ ਪਹਾੜ ਟੁੱਟ ਗਿਆ ਉਸ ਪਰਿਵਾਰ ਤੇ ਸੋਚ ਕੇ ਵੇਖੋ ਜਰਾ ਗੱਲ ਇਹ ਇਹ ਗੱਲ ਸੋਚ ਕੇ ਵੇਖੋ ਕਿੰਨੀ ਵੱਡੀ ਗੱਲ ਹੈ ਇਹ ਮੈਂ ਇੱਕੋ ਬੇਨਤੀ ਕਰਨੀ ਚਾਹੁੰਦਾ ਇੱਕੋ ਗੱਲ ਕਰਨੀ ਚਾਹੁੰਨਾ ਇੱਥੇ ਤੁਹਾਡੇ ਨਾਲ ਕਿਉਂਕਿ ਸਾਡੇ ਵਿੱਚ ਸਾਡੇ ਵਿਚਕਾਰ ਜੇ ਇਹੋ ਜਿਹਾ ਕੋਈ ਕੰਮ ਹੋ ਜੇ ਤੇ ਸਾਨੂੰ ਨੀਂਦ ਨਹੀਂ ਆਉਂਦੀ ਸਿੱਧੂ ਮੂਸੇਵਾਲਾ ਦਾ ਦੁਬਾਰਾ ਜਨਮ ਲੈ ਲੇ ਉਸ ਪਰਿਵਾਰ ਦੇ ਕੋਲ ਆਪਣੀ ਮਾਂ ਦਾ ਸਹਾਰਾ ਬਣੇ ਤੇ ਉਸ ਪਰਿਵਾਰ ਦਾ ਇੱਕ ਸੁਖਾਲਾ ਤਰੀਕਾ ਜ਼ਿੰਦਗੀ ਦਾ ਹੋ ਜਾਏਗਾ ਜੇ ਉਹਨਾਂ ਦਾ ਨਹੀਂ ਅੱਜ ਪਲ ਪਲ ਤਿਲ ਤਿਲ ਕਰਕੇ ਉਹਦੇ ਪਰਿਵਾਰ ਦੇ ਜੀ ਜਿਹੜੇ ਨੇ ਮਰਦੇ ਪਏ ਨੇ ਕਿ ਸਾਡਾ ਪੁੱਤਰ ਕਿਉਂ ਮਾਰਿਆ ਗਿਆ ਜੇ ਅੱਜ ਹੁੰਦਾ ਤਾਂ ਇੰਜ ਕਰਦੇ ਇੰਜ ਕਰਦੇ ਇਹ ਗੱਲਾਂ ਸੋਚਦੇ ਨੇ ਮਾਂ ਤੇ ਜ਼ਿਆਦਾ ਸੋਚਦੀ ਹੋਗੀ ਕਹਿੰਦੇ ਨੇ ਪਿਓ ਨਾਲੋਂ ਮਾਂ ਜਿਹੜੀ ਐ ਪੁੱਤ ਨੂੰ 9 ਮਹੀਨੇ ਵੱਧ ਜਾਣਦੀ ਹੁੰਦੀ ਐ ਇਸ ਕਰਕੇ ਅੱਜ ਇਹ ਸਿਸਟਮ ਜਿਹੜਾ ਹੈ ਉਹ ਵੇਖਣ ਨੂੰ ਮਿਲ ਰਿਹਾ ਪਰ ਇੱਕ ਗੱਲ ਮੰਨ ਲਿਓ ਉਹਦੇ ਮਾਪੇ ਨੂੰ ਸਹਾਰਾ ਦਿਓ ਮਾਪੇ ਨੂੰ ਉਹ ਕਰਿਓ ਜਿਹੜੇ ਉਹਦੇ ਯਾਰ ਸੀ ਉਹਦੇ ਕਹਿੰਦੇ ਸੀ ਨਾ ਦੋਸਤ ਅਸੀਂ ਤੇਰੇ ਦੋਸਤਾਂ ਅਸੀਂ ਤੇਰੇ ਯਾਰਾਂ ਹੁਣ ਮੌਕਾ ਹੈ ਬਈ ਉਹਦੇ ਨਾਲ ਯਾਰੀ ਪਗਾਉਣ ਦਾ ਜਿਉਂਦੇ ਜੀ ਤਾਂ ਸਾਰੇ ਨੇੜੇ ਹੁੰਦੇ ਨੇ ਪਰ ਹੁਣ ਉਹਦੇ ਮਾਪੇ ਨੂੰ ਜਾ ਕੇ ਸਹਾਰਾ ਦਿਓ ਉਹਦੇ ਮਾਪੇ ਦੇ ਕੋਲ ਜਾ ਕੇ ਰਹੋ ਹੁਣ ਸਹਾਰਾ ਹੈ ਹੁਣ ਲੋੜ ਹੈ ਹੁਣ ਲੋੜ ਹੈ ਉਹਦੀ ਯਾਰੀ ਤੁਹਾਡੇ ਨਾਲ ਕਿਵੇਂ ਸੀ ਸੀ ਕਿਵੇਂ ਤੁਸੀਂ ਯਾਰ ਬਣ ਕੇ ਰਹਿੰਦੇ ਸੀ ਅੱਜ ਮੌਕਾ ਹੈ ਉਹਦੀ ਯਾਰੀ ਨੂੰ ਸਹਾਰਾ ਦੇਣ ਦਾ ਤੇ ਅੱਜ ਰਹੋ ਬਣ ਕੇ ਓਵੇਂ ਉਹਦੇ ਨਾਲ ਉਹਦੀ ਯਾਰੀ ਨੂੰ ਜ਼ਰੂਰ ਯਾਦ ਰੱਖਿਓ ਇਹ ਗੱਲ ਮੇਰੀ ਜ਼ਰੂਰ ਯਾਦ ਕਰ ਲਿਆ ਜੀ ਜ਼ਰੂਰ ਇਸ ਗੱਲ ਵੱਲ ਧਿਆਨ ਦਿਓ ਸੋ ਮੈਂ ਤਾਂ ਕਰਕੇ ਗੱਲ ਕੀਤੀ ਹੈ ਕਿਉਂਕਿ ਦੁਬਾਰਾ ਉਸ ਘਰ ਦੇ ਵਿੱਚ ਹੋਵੇ ਉਹ ਪਰਮਾਤਮਾ ਦੀ ਪਰਮਾਤਮਾ ਦੀ ਜ਼ਿੰਮੇਵਾਰੀ ਹੈ ਉਹ ਮਰਜੀ ਹੈ ਹੋਵੇ ਨਾ ਹੋਵੇ ਪਰ ਆਪਾਂ ਜਿੰਨੇ ਜੋਗੇ ਵੀ ਹੈਗੇ ਨਾ ਇਨਸਾਨੀਅਤ ਤੌਰ ਤੇ ਆਪਾਂ ਉਹਦੇ ਘਰ ਜਾ ਕੇ ਉਹਦੇ ਮਾਪੇ ਨੂੰ ਸਹਾਰਾ ਦਈਏ ਜਿਹੜੇ ਉਹਦੇ ਯਾਰ ਦੋਸਤ ਸੀ ਉਹਨਾਂ ਦਾ ਫਰਜ਼ ਬਣਦਾ ਹੈ ਉਹਦੇ ਮਾਪੇ ਨੂੰ ਕੋਈ ਦੁੱਖ ਤਕਲੀਫ ਆਉਂਦੀ ਹੈ ਤਾਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਸਹਾਰਾ ਬਣਨਾ ਇਹ ਸਭ ਤੋਂ ਵੱਡੀ ਗੱਲ ਹੈ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ